ये वाइब्रेशन कीती है ਕਿੰਨੀ ਦੇਰ ਸੁਕਾਉਣਾ ਇਸ ਨੂੰ ਹੈ ਇਹ ਕਿੰਨੀ ਦੇਰ ਸੁੱਕੇਗਾ ਸਵੇਰ ਚਾਲ ਹੁਣ ਬਣਾਇਆ ਸਵੇਰ ਚਾਲ ਹੋ ਯਾਨੀ 24 ਘੰਟੇ ਇਹ ਜਗ੍ਹਾ ਕਿੰਨੇ ਮਰਲੇ ਆ ਇਹ ਤਕਰੀਬਨ 2500 ਬਲਾਕ ਨਿਕਲ ਜਾਂਦਾ ਮਰਲੇ ਦੇ ਵਿੱਚ 10 ਮਰਲੇ ਹੋ ਸੀ ਇਹ ਹੈ ਤਕਰੀਬਨ 10-12 ਮਰਲੇ ਆ 10-12 ਥੱਲੇ ਫਰਸ਼ ਹਾਂ ਫਰਸ਼ ਪੱਕਾ ਸੀਮਟ ਦਾ ਇਸ ਸੀਮਟ ਦਾ ਮਸ਼ੀਨ 1,20,000 ਮਿਕਸਰ ਇਹ ਪੀਟਰ ਸਮਾਇਆ ਤਾਂ 65,000 ਰੁਪਏ ਪੈ ਗਈ ਪੀਟਰ ਸਮੇਤ 65,000 ਦਾ ਔਰ ਨਵਾਂ ਲਓ ਦਾ ਨਵਾਂ ਤਾਂ ਲਓ ਤਾਂ ਵਾਦੀ ਕਿਹੜਾ ਮੰਗਾ ਇਹ ਜਿਹੜਾ ਇਹ ਮਿਕਸਰ ਹੈ ਇਹਦੇ ਵਿੱਚ ਕਿਤਨੇ ਇਹਦਾ ਆ ਜਾਂਦਾ ਆਪਣਾ ਬਲਾਕਾਂ ਦਾ 12 ਬਲਾਕ ਦੋ ਰੇੜੀਆਂ ਇੱਕ ਰੇੜੀ 6 ਬਲਾਕ ਸਹੀ ਨਾਲ ਲਾ ਕੇ ਆਇਆ ਬਸ ਅੱਛਾ ਹੁਣ ਅਗਰ ਬਣਾ ਕੇ ਅਸਾਂ ਵੇਚੀਏ ਇਹ 6 ਜਿਹੜੇ ਬਲਾਕ ਹੈ ਇਹਦੇ 'ਤੇ ਖਰਚਾ ਕਿੰਨਾ ਆਇਆ ਔਰ ਇਹ ਵਿਕਸੀ ਕਿੰਨਾ ਦਾ 30 ਰੁਪਏ ਦਾ ਬਲਾਕ ਹੈ ਬਸ 33-34 ਰੁਪਏ ਵੇਚ 30 ਰੁਪਏ ਦਾ ਇੱਕ ਔਰ ਵੇਚੋ ਕਿੰਨੇ ਦਾ ਜਿੱਦਣਾ ਮਰਜ਼ੀ ਇੱਦਾਂ ਵੇਚ ਲਓ 34-35 5 ਰੁਪਏ ਬਲਾਕ ਬਚਣਾ ਔਰ ਖਰਚਾ ਕੀ ਹੈ ਇਹਦੇ 'ਤੇ ਆਪਣਾ ਇਹ 30 ਰੁਪਏ 'ਚ ਸੀਮਟ ਬਜਰੀ ਤੋਂ ਇਲਾਵਾ ਕਿਵੇਂ ਹਰ ਸ਼ੈ ਮਜ਼ਦੂਰੀ ਬਸ ਮਜ਼ਦੂਰੀ ਵੀ ਸ਼ਾਮਿਲ ਹਰ ਚੀਜ਼ ਸ਼ਾਮਿਲ 30 ਰੁਪਏ ਦਾ ਪਿਆ 35 ਰੁਪਏ ਦਾ ਵੇਚੋ ਇੱਕ ਦਿਨ ਵਿੱਚ ਕਿਤਨੇ ਬਲਾਕ ਅੰਦਾਜ਼ਨ ਬਣਾ ਲੈਂਦੀ ਹੈ ਮਸ਼ੀਨ ਤੁਸੀਂ 3 ਬੰਦੇ 600-700 ਬਲਾਕ ਬਣ ਜਾਂਦੇ 800 ਹੀ ਬਣਦੇ ਜੇ ਅਸੀਂ ਅੱਜ ਲੇਟ ਆਏ ਹਾਂ ਲੇਟ ਆਏ ਮਿਕਸਰ ਬਮਾ ਪੀਟਰ ਇੰਜਨ 65,000 ਰੁਪਏ ਗਈ ਹੈ ਸਾਥ ਮੇਂ ਚਾਹੀਏ ਪਾਣੀ ਕਾ ਹੌਜ਼ ਔਰ ਜ਼ਾਹਿਰ ਪਾਣੀ ਵਾਲੀ ਮੋਟਰ ਵੀ 15,000 ਰੁਪਏ ਇਸ ਪਰ ਵੀ ਲੱਗ ਜਾਏਗਾ 65 ਔਰ 15-80,000 ਰੁਪਇਆ ਔਰ 1,20,000 ਕੀ ਹੈ ਮਸ਼ੀਨ ਰਾਵਲ ਪਿੰਡੀ ਪੀਰ ਵਧਾਈ ਮੋੜ ਜੋ ਹੈ ਉਸਕੇ ਉੱਪਰ ਇਸਕੀ ਵਰਕਸ਼ਾਪ ਹੈ 2,00,000 ਰੁਪਇਆ ਬਾਕੀ ਚਾਹੀਏ ਰਾ ਮਟੀਰੀਅਲ ਕਾ ਪੈਸਾ 10 ਮਰਲੇ ਕੀ ਹੈ ਜਗ੍ਹਾ ਫਰਸ਼ ਪੱਕਾ ਸੜਕ ਕਿਨਾਰਾ ਬਿਹਤਰੀਨ ਮਾਹੌਲ ਜ਼ਬਰਦਸਤ ਕਿਸਮ ਦਾ ਸਿਸਟਮ ਹੈ ਸ਼ੁਰੂ ਸੇ ਜ਼ਰਾ ਸ਼ੋਰ ਸੇ ਦੂਰ ਹੋ ਜਾਊਂ ਮਿਕਸਰ 65,000 ਰੁਪਏ ਬਮਾ ਪੀਟਰ ਪੁਰਾਣਾ ਚਲਤਾ ਹੁਆ ਨਿਆ 1,00,000 ਰੁਪਏ ਮੇਂ ਮਿਲ ਜਾਤਾ ਹੈ ਪਾਣੀ ਵਾਲਾ ਹੌਜ਼ ਬਮਾ ਮੋਟਰ 15,000 ਰੁਪਏ ਇਸਕਾ ਖਰਚਾ 80,000 ਰੁਪਇਆ 1,20,000 ਰੁਪਏ ਕੀ ਇਹ ਮਸ਼ੀਨ ਹੈ 2,00,000 ਰੁਪਇਆ ਇਹ ਜਗ੍ਹਾ ਚਾਹੀਏ ਤਕਰੀਬਨ 10 ਮਰਲੇ ਫਰਸ਼ ਇਸ ਪੇ ਲਗਾਉਣਾ ਤਾਂ ਕਿ ਬਲੌਗ ਬਣਾਏ ਜਾ ਸਕੇ ਕੋਈ ਟੈਕਨੀਕਲ ਚੀਜ਼ ਹੈ ਨਹੀਂ ਮੁਸ਼ਕਿਲ ਹੈ ਨਹੀਂ ਆਸਾਨ ਹੈ ਇਸੀ ਸੇ ਜੋ ਨਾ ਇਹ ਬਣ ਸਕੇ ਸੀਮਟ ਕੀ ਰੇਸ਼ੋ ਜੋ ਇਸ ਵਕਤ ਚੱਲ ਰਹੀ ਹੈ ਯਾਨੀ ਇਹ ਜੋ ਇਸਕੋ ਤਗਾਰੀ ਕਹਿੰਦੇ ਹੈ ਤਸਲਾ ਕਹਿੰਦੇ ਹੈ ਇੱਕ ਤਸਲਾ ਸੀਮਟ ਕਾ 3 ਤਸਲੇ ਰੇਤ ਕੇ ਔਰ 6 ਤਸਲੇ ਬਜਰੀ ਕੇ ਇਨਕੋ ਮਿਕਸ ਕੀਆ ਮਿਕਸ ਕਰਕੇ ਇਹ ਨਿਕਾਲ ਲਿਆ ਇੱਕ ਬਲੌਕ ਤਿਆਰ ਹੋ ਕੇ ਬਮਾ ਮਜ਼ਦੂਰੀ ਬਮਾ ਮਟੀਰੀਅਲ ਬਮਾ ਇਹ ਡੀਜ਼ਲ ਪੈਟਰੋਲ ਹਰ ਚੀਜ਼ ਇਸਮੇ ਸ਼ਾਮਿਲ ਕਰਕੇ 30 ਰੁਪਏ ਕਾ ਇੱਕ ਬਲੌਕ ਪੜਤਾ ਹੈ ਔਰ 33-34-35 ਕਾ ਜੋ ਹੈ ਨਾ ਵੋ ਸੇਲ ਹੋਤਾ ਹੈ 1 ਫੁੱਟ ਜ਼ਰਬ 9 ਇੰਚ ਜ਼ਰਬ 6 ਇੰਚ ਕੀ ਜੋ ਹੈ ਨਾ ਇਹ ਬਲੌਕਸ ਹੈ ਰੀਜ਼ਨੇਬਲ ਪ੍ਰੈਕਟੀਕਲ ਕਾਮ ਹੈ 24 ਘੰਟੇ ਇਸਕੋ ਸੁਕਾਉਣਾ ਹੋਤਾ ਹੈ ਯਾਨੀ ਆਜ ਬਣਾਇਆ ਕੱਲ੍ਹ ਉਠਾ ਲੇ ਉਠਾਨੇ ਕੇ ਬਾਅਦ ਇਸਕੋ ਨਿਆ ਮਟੀਰੀਅਲ ਜੋ ਹੈ ਵੋ ਡਾਲ ਦੇ 3 ਬੰਦੇ ਹੈ ਇੱਕ ਇਹ ਖੁਦ ਹੈ ਇਨਕੇ 2 ਬੱਚੀਆਂ 3 ਬੰਦੇ ਮਿਲ ਕੇ ਇਸ ਕਾਮ ਕੋ ਕਰ ਰਹੇ ਹੈ ਯਾਨੀ ਮੈਨ ਪਾਵਰ ਇਤਨੀ ਚਾਹੀਏ ਬਿਹਤਰੀਨ ਸਾਫ਼ ਸੁਥਰਾ ਕਾ ਕਾਮ ਹੈ ਕੋਈ ਕਜੀੜਾ ਮਜੀੜਾ ਹੈ ਨਹੀਂ ਇਸਮੇ ਉਮੀਦ ਹੈ ਅੱਛਾ ਲੱਗਾ ਹੋਗਾ ਪਸੰਦ ਆਇਆ ਹੋਗਾ ਪ੍ਰੋਸੈਸ ਇੱਕ ਮਰਤਬਾ ਫਿਰ ਦਿਖਾ ਦੂੰ ਨਿਕਲ ਰਿਹਾ ਰੇਡੀਓ ਕੇ ਜ਼ਰੀਏ ਜਾ ਰਿਹਾ
वहाँ मशीन के पास रखेंगे, मशीन में इसको इंजर्ट किया, उसके बाद ब्लॉक बनाए, ब्लॉक बना के इसको ड्राई होने के लिए छोड़ दिया। ड्राई होने के बाद जैसे वो सामने स्टार्ट किया हो इन्होंने, जैसे स्टार्ट किया और ख़त्म। दो में याद रखिए, शाहिद हुसैन जो है, अल्लाह हाफिज़।